साहब तो ऑपरेशन के छुट्टी के बाद नर्स आए हैं, मोटे जी मैडम गए, वो कहते आ चुके आप देखो ये बेटी है तुम्हारी, ऐसे बताया जाता है बेटी है। पहले बोले कि बेटा है, तो कहते नहीं नहीं बेटी है आपकी। दो पहले बेटा बोला बाद में बेटी बोला। कितनी देर बाद बेटी बोला? सिर्फ 10 मिनट बाद। सूबे दे सरकारी हॉस्पिटल अक्सर ही किसी ना किसी कारण चर्चा दे विच बने रहिंदे ने। अक्सर लोकां दे वल्लों सरकारी हॉस्पिटल दे विच सुविधावां पूरियां ना होण दीआं शिकायतां कीतीआं जांदीआं ने अते उहनां दे वल्लों ਡਾਕਟਰਾਂ ਦੇ ਉੱਪਰ ਅਕਸਰ ਦਵਾਈਆਂ ਜ਼ਬਰਦਸਤੀ ਕਿਸੇ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਲਿਖਣ ਦੇ ਇਲਜ਼ਾਮ ਵੀ ਲਗਾਏ ਜਾਂਦੇ ਨੇ। ਪਰ ਅੰਮ੍ਰਿਤਸਰ ਦਾ ਸਿਵਲ ਹਸਪੀਟਲ ਇੱਕ ਹੋਰ ਕਾਰਨ ਕਰਕੇ ਵੱਡੇ ਵਿਵਾਦ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਆਏ ਇੱਕ ਪਰਿਵਾਰ ਦੇ ਵੱਲੋਂ ਆਪਣਾ ਬੱਚਾ ਕਿਸੇ ਹੋਰ ਦੇ ਨਾਲ ਬਦਲਣ ਦੇ ਇਲਜ਼ਾਮ ਜਿਹੜੇ ਨੇ ਹਸਪੀਟਲ ਦੇ ਸਟਾਫ ਦੇ ਉੱਪਰ ਲਗਾਏ ਗਏ ਨੇ। ਹਸਪੀਟਲ ਦੇ ਉੱਪਰ ਇਲਜ਼ਾਮ ਲਗਾਉਣ ਵਾਲੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਆਪਣੇ ਪਤਨੀ ਨੂੰ ਬੱਚੇ ਦੀ ਡਿਲੀਵਰੀ ਦੇ ਲਈ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਇਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਆਪਣੀ ਪਤਨੀ ਤੋਂ ਦੂਰ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰਸ ਦੇ ਵੱਲੋਂ ਦੁਬਾਰਾ ਦੱਸਿਆ ਗਿਆ ਕਿ ਉਹਨਾਂ ਦੇ ਘਰ ਬੇਟਾ ਬੇਟੇ ਨੇ ਜਨਮ ਲਿੱਤਾ। ਪਰ ਕੁਝ ਸਮੇਂ ਬਾਅਦ ਤਕਰੀਬਨ ਇਸ ਖਬਰ ਦੇ 10 ਤੋਂ 15 ਮਿੰਟ ਬਾਅਦ ਉਹਨਾਂ ਨੂੰ ਬੇਟੀ ਹੋਣ ਦੀ ਖਬਰ ਕਹੀ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੱਚਾ ਹਸਪੀਟਲ ਦੇ ਅਧਿਕਾਰੀਆਂ ਦੇ ਵੱਲੋਂ ਕਿਸੇ ਹੋਰ ਦੇ ਨਾਲ ਬਦਲ ਦਿੱਤਾ ਗਿਆ, ਕਿਉਂਕਿ ਜਿਸ ਸਮੇਂ ਉਹਨਾਂ ਦੀ ਪਤਨੀ ਦੇ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਸੀ ਉਸ ਸਮੇਂ ਇਹ ਕਿਸੇ ਹੋਰ ਔਰਤ ਦੇ ਵੱਲੋਂ ਵੀ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਜਿਹੜੇ ਨੇ ਪਰਿਵਾਰ ਦੇ ਵੱਲੋਂ ਡਾਕਟਰਸ ਦੇ ਉੱਪਰ ਲਗਾਏ ਗਏ ਨੇ। ਕੀ ਕੁਝ ਕਹਿੰਦੇ ਨੇ ਇਲਜ਼ਾਮ ਲਗਾਉਂਦੇ ਹੋਏ ਪਰਿਵਾਰਕ ਮੈਂਬਰ, ਇੱਕ ਵਾਰੀ ਤੁਸੀਂ ਵੀ ਸੁਣ ਲਓ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਸਵਰਨ ਸਿੰਘ। ਆਪ ਕਹਾਂ ਪੇ ਆਏ ਹੋ ਔਰ ਕੀ ਵਾਕਿਆ ਹੋਇਆ? ਮੈਂ ਸਿਵਲ ਹਸਪੀਟਲ ਆਇਆ। ਮੈਨੂੰ ਆਏ ਨੂੰ 3 ਦਿਨ ਹੋ ਗਏ ਜੀ। ਇਹ ਪੁੱਛਦੇ ਪਏ ਸੀ ਅੱਜ ਹੋਣੀ, ਅੱਜ ਹੋਣੀ, ਕੱਲ੍ਹ ਹੋਣੀ। ਕਿਸਕੀ ਡਿਲੀਵਰੀ? 20 ਫਰਵਰੀ ਦੀ ਡਿਲੀਵਰੀ, ਸੁਲੇਖਾ ਸੈਣੀ। ਹਾਂ, ਸਾਹਮਣੇ ਦੇਖੋ ਕਿੰਨੇ ਵਜੇ ਡਿਲੀਵਰੀ ਹੋਈ ਆ? ਇਹਨਾਂ ਨੇ ਕਿਸਮ ਡਿਲੀਵਰੀ ਵਾਲੀ ਕਹਿੰਦੇ ਡਿਲੀਵਰੀ 'ਚ 2-3 ਘੰਟੇ ਬਾਕੀ ਹੈ। ਅੱਛਾ, ਇਸ ਤੋਂ ਬਾਹਰ ਭੇਜ ਦੀ ਇਹਨਾਂ ਲੋਕਾਂ ਨੇ। ਹਾਂ, ਅਤੇ ਮੇਰੇ ਕੋਲ ਬਾਹਰ ਭੇਜ ਗਿਆ ਤਾਂ ਡਿਲੀਵਰੀ ਹੋ ਚੁੱਕੀ ਸੀ, ਜਬਰ ਭੇਜਾਂ ਲੋਕਾਂ ਨੇ ਵਾਪਸ ਆਇਆ, ਡਿਲੀਵਰੀ ਹੋ ਚੁੱਕੀ ਸੀ। ਉਸ ਕੇ ਬਾਅਦ ਕੀ ਬੋਲਾ ਉਹਨਾਂ? ਪਹਿਲੇ ਬੋਲੇ ਕਿ ਬੇਟਾ ਹੈ, ਕਹਿੰਦੇ ਨਹੀਂ ਬੇਟੀ ਹੈ ਆਪਕੀ। ਦੋ ਪਹਿਲੇ ਬੇਟਾ ਬੋਲਾ, ਬਾਅਦ ਬੇਟੀ ਬੋਲਾ। ਕਿੰਨੀ ਦੇਰ ਬਾਅਦ ਬੇਟੀ ਬੋਲਾ? ਸਿਰਫ 10 ਮਿੰਟ ਬਾਅਦ। ਤਾਂ ਆਪਕੋ ਕੀ ਲੱਗਦਾ ਹੈ? ਮੇਰਾ ਮੈਨੂੰ ਸ਼ੱਕ ਹੈ ਮੇਰਾ ਬੇਟਾ ਹੈ। ਬੇਟਾ ਹੈ? ਕਿਸੇ ਹੋਰ ਕੀ ਵੀ ਡਿਲੀਵਰੀ ਹੋਈ ਹੈ? ਹਾਂ, ਸਾਸ ਨੇ ਇੱਕ ਡਿਲੀਵਰੀ ਹੋ ਰਹੀ ਹੈ ਸੇਮ ਟਾਈਮ 'ਤੇ। ਇਹਨਾਂ ਦੇ ਘਰ ਪੇ ਕੀ ਹੋਊਗਾ? ਹੁਣ ਕੀ ਡਿਲੀਵਰੀ ਤਕਰੀਬਨ 10 ਮਿੰਟ ਪਹਿਲੇ ਹੋਈ ਹੈ ਮੇਰੀ ਗੱਲ ਕਰਕੇ। ਮੈਂ 15 ਮਿੰਟ ਪਹਿਲੇ ਹੋਈ ਹੈ। ਉਨਕੇ ਘਰ ਕੇ ਬੇਟਾ ਹੋਗਾ ਕਿ ਬੇਟੀ ਉਨਕੇ ਘਰ? ਉਨਕੇ ਘਰ ਬੇਟਾ। ਉਨਕੇ ਘਰ ਪਹਿਲੇ ਬੇਟੀ ਹੈ ਕੀ? ਤੋ ਵੀ ਆਪ ਕੀ ਮਾਂਗ ਕਰਤੇ ਹੋ? ਆਗੇ ਮੈਨੂੰ ਪਤਾ ਕੀ ਬੋਲਤੇ ਹੋ ਕਿ ਮੈਂ ਅਵ ਨਰਸ ਦਾ ਮੈਸੇਜ ਆਇਆ ਹੈ। ਉਸ ਨਰਸ ਐਸੇ ਬੋਲਤੀ ਹੈ, ਤੁਮ ਨੇ ਤੇ ਬੇਟੇ ਕੀ ਕਰਨੇ ਹੈ? ਮੈਨੂੰ ਕੁਛ ਨਰਸ ਹੋਗਾ ਜੇ ਮੈਸੇਜ ਆਇਆ ਹੈ। ਮੈਂ ਅੱਛਾ, ਮੈਂ ਕੀ ਕਰੂੰਗਾ? ਕਿਸ ਕੇ ਪਾਸ ਹਮ ਲੋਗ ਗਿਆ ਦਾ? ਨਹੀਂ, ਅਭੀ ਆਪ ਕੀ ਮਾਂਗ ਕਰਤੇ ਹੋ? ਟੈਸਟ ਕੀ? ਹਾਂ, ਕੌਣ ਆਇਆ ਸੀ ਪਹਿਲੋਂ? ਕੌਣ ਆਇਆ ਤੇ? ਸਭ ਤੋਂ ਆਪਰੇਸ਼ਨ ਦੇ ਛੁੱਟੀ ਦੇ ਬਾਅਦ ਨਰਸ ਆਏ ਆ, ਮੋਟੇ ਜੇ ਮੈਡਮ ਗਏ ਸੀ, ਉਹ ਕਹਿੰਦੇ ਆ ਚੁੱਕਿਆ ਆਪ ਦੇਖੋ ਜੀ ਬੇਟੀ ਹੈ ਤੁਹਾਡੀ, ਐਸੇ ਬਤਾਇਆ ਜਾਂਦਾ ਬੇਟੀ ਹੈ? ਜੇ ਕਾਨੂੰਨ ਨੇ ਲੋਕ ਮੈਂ ਅੰਦਰ ਪ੍ਰਦੇਸ਼ ਬਤਾਇਆ ਕਿ ਤੁਹਾਡੀ ਬੇਟੀ ਹੋਈ ਹੈ, ਬਾਹਰ ਹਾਲ ਮੇ ਜਾ ਕੇ ਉਤਾਰਿਆ ਕਿ ਤੇਰੇ ਬੇਟੀ ਪੈਦਾ ਹੋਈ ਹੈ ਨੰਗੀ ਕਰ ਤੋ, ਉਹ ਕੈਮਰੇ ਚੱਲਦੇ ਆ ਵੀਡੀਓ ਦੇਖੋ ਮੁੰਡੇ ਨੂੰ ਕਰੋ। ਅਭੀ ਆਪ ਕੀ ਮੰਗ ਕਰਦੇ ਹੋ? ਮੇਰਾ ਚੈੱਕ ਕੀ ਜਾਏ, ਮੈਂ ਆਪਾਂ ਡਿਜ਼ਾਈਨ ਮਾਰਕ ਕਰਦਾ ਹਾਂ, ਮੇਰੀ ਸੈਲੀ ਦੇ ਵੀ ਜਿਹੜੀ ਮੇਰੀ ਹੈ ਇਹਦੀ ਬੇਟੀ ਹੈ, ਮੈਂ ਜੇ ਮੰਗ ਕਰਦਾ ਹਾਂ। ਠੀਕ, ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਤੁਸੀਂ ਨੇ ਸੁਣੇ ਨੇ। ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਹਸਪੀਟਲ ਦੇ ਸਟਾਫ ਦੇ ਉੱਪਰ ਲਗਾਏ ਗਏ ਨੇ। ਜਦੋਂ ਇਸ ਸੰਬੰਧੀ ਸਾਡੇ ਸਹਿਯੋਗੀ ਹਰਜੀਤ ਗਰੇਵਾਲ ਦੇ ਵੱਲੋਂ ਹਸਪੀਟਲ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਹਸਪੀਟਲ ਦਾ ਸਟਾਫ ਜਿਹੜਾ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਤਸੱਲੀ ਬਖਸ਼ ਨਹੀਂ ਦਿੰਦਾ ਹੋਇਆ ਨਜ਼ਰ ਆਇਆ, ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ। ਆਖਿਰ ਕਿਸ ਤਰ੍ਹਾਂ ਦੇ ਨਾਲ ਡਾਕਟਰਸ ਦੇ ਵੱਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਇੱਕ ਵਾਰੀ ਤੁਸੀਂ ਉਹ ਵੀ ਆਪਣੇ ਅੱਖੀਂ ਦੇਖ ਲਓ। ਇਹ ਦੱਸੋ ਰਾਤ ਦੀ ਕਿੰਨੀ ਹੋਈ? ਨਹੀਂ ਪਤਾ ਭਾਜੀ, ਇਹ ਵਾਰਡ ਵੱਖਰੀ ਹੈ, ਉਹ ਵਾਰਡ ਵੱਖਰੀ ਹੈ। ਤੁਹਾਡੀ ਡਿਊਟੀ ਅੱਜ ਇੱਥੇ ਲੱਗੀ ਹੈ? ਇਹ ਸਾਡੀ ਵਾਰਡ ਤੋਂ ਸ਼ਿਫਟ ਤੇ ਕੀਤਾ ਉਹਨਾਂ ਨੇ ਆ ਉਹ ਇੱਧਰ ਆ ਕੇ ਪੁੱਛੀ ਜਾ ਰਹੇ ਸੀ ਤੁਸੀਂ ਨਹੀਂ ਮੈਂ ਬਾਈਟ ਦੀ ਦਿੱਤੀ। ਚਲੋ ਕੋਈ ਨਹੀਂ, ਕੋਈ ਗੱਲ ਨਹੀਂ, ਚਲੋ ਭੈਣ ਜੀ ਸੰਗ ਨਹੀਂ ਇੱਥੇ ਵੇਖੋ, ਪਤਾ ਕੀ ਹੈ ਇਹ ਤੇ ਦੱਸ ਦੋ ਅਗਲੀ ਸਪਸ਼ਟੀਕਰਨ ਦੇ ਹੋਵੇ, ਸਪਸ਼ਟ ਤੇ ਹੋਵੇ ਅਗਲੀ ਨੂੰ ਵਿਆਹ ਮਿਲ ਜਾਏ। ਮੇਰੀ ਗੱਲ ਸੁਣੋ, ਜਿੱਦਾਂ ਹੁਣ ਮੇਰੀ ਅੱਜ ਈਵਨਿੰਗ ਹੈ, ਮੈਨੂੰ ਨਹੀਂ ਪਤਾ ਹੈ ਕੇਸ ਦਾ ਕੀ ਸੀ, ਤੁਹਾਡੇ ਕੀ ਪ੍ਰੋਬਲਮ ਹੈ ਜਾਂ ਕਿੱਦਾਂ? ਮੈਂ ਅੱਛਾ ਰਾਤ ਦੀ ਵੈਸੇ ਕਿਹਦੀ ਹੈ ਕਿਸੇ ਤੁਹਾਨੂੰ ਪਤਾ ਪਹਿਲਾਂ? ਕੱਲ ਰਾਤ ਦੀ ਕਿਹਦੀ ਡਿਊਟੀ ਸੀ? ਨਹੀਂ ਮੈਨੂੰ ਇਹ ਵੀ ਨਹੀਂ ਪਤਾ। ਤਾਂ ਜੇਕਰ ਉਹਦੇ ਦਿਲ 'ਚ ਵਿਆਹ ਹੈ ਤਾਂ ਆਪਾਂ ਕਰਾ ਦਾਂਗੇ ਕਲੀਅਰ ਕੇਸ? ਲੇਬਰ ਰੂਮ ਦੇ ਵਿੱਚ ਜਿੱਥੇ ਕੇਸ ਹੋਇਆ ਉੱਥੇ ਲੱਗ ਸਕਦਾ ਪਤਾ? ਉੱਥੇ ਲੱਗ ਜਾਏਗਾ ਪਤਾ। ਜੇ ਵੈਨ ਨਿਕਲ ਸਕਦਾ ਉਹਦਾ ਜੇ ਕੋਈ ਵਿਆਹ ਆ ਤਾਂ ਡਾਕਟਰਾਂ ਨੂੰ ਚਾਹੀਦਾ ਨਹੀਂ ਕਿ ਉਹਦੀ ਤਸੱਲੀ ਕਰਵਾਈ ਜਾਵੇ? ਤੁਸੀਂ ਡਾਕਟਰ ਨੂੰ ਗੱਲ ਕਰ ਲਓ। ਬਿਲਕੁਲ ਬਿਲਕੁਲ, ਕੋਈ ਦਿੱਕਤ ਨਹੀਂ।
ਡਾਕਟਰ ਸਾਹਿਬਾਂ ਜਿਹੜੇ ਨੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਹੋਏ ਤਾਂ ਨਜ਼ਰ ਆਏ, ਪਰ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨੇ ਹਸਪੀਟਲ ਦੇ ਉੱਪਰ ਲਗਾਏ ਗਏ ਨੇ। ਹੁਣ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਖੈਰ ਜਾਂਚ ਦਾ ਵਿਸ਼ਾ, ਜਾਂਚ ਤੋਂ ਬਾਅਦ ਹੀ ਇਹ ਕੁਝ ਜਿਹੜਾ ਸਾਹਮਣੇ ਆ ਸਕੇਗਾ। ਪਰ ਡਾਕਟਰ ਸਾਹਿਬਾਂ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਸੀ।